ਕੀ ਲੱਗਦਾ 2017 ਤੋਂ ਲੈ ਕੇ 22 ਤੱਕ ਤੁਹਾਡੇ ਗੁਰਦਾਸਪੁਰ ਦਾ ਕੋਈ ਵਿਕਾਸ ਹੋਇਆ ਨਹੀਂ ਹੋਇਆ ਜੇ MLA ਸਾਹਿਬ ਜੀ ਨੇ ਮੌਜੂਦਾ ਨੇ ਉਹਨਾਂ ਬਾਰੇ ਕੀ ਸੋਚਦੇ ਹੋ ਤੁਸੀਂ ਜਿਹੜਾ ਤੇ ਵਿਕਾਸ ਆ ਉਹ ਤੁਸੀਂ ਜਾ ਕੇ ਵੇਖੋ ਨਾ ਤੇ ਕੋਈ ਰੋਡ ਬਣਿਆ ਪਿੰਡਾਂ ਦੇ ਵਿੱਚ ਤੇ ਇੱਥੋਂ ਤੱਕ ਵੀ ਕਈ ਪੰਚਾਇਤਾਂ ਹੀ ਨਹੀਂ ਬਣੀਆਂ ਜਿਹੜਾ ਵਾ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਕਹਿ ਲਓ ਵੀ ਬਿਨਾਂ ਖਸਮ ਧੁਰਿਆ ਉਦੋਂ ਵਾਅਦਿਆਂ ਦੇ ਵੋਟ ਨਹੀਂ ਸੀ ਬਾਈ ਉਦੋਂ ਇੱਕ ਤਰਫਾ ਇਲੈਕਸ਼ਨ ਹੋ ਗਿਆ ਸੀ ਸਾਰੇ ਸ਼ਹਿਰ ਦਾ ਠੀਕ ਹੈ ਇਸ ਕਰਕੇ ਉਦੋਂ ਲੋਕਾਂ ਨੇ ਇੱਕ ਨਵੀਂ ਚੀਜ਼ ਪੇਸ਼ ਕੀਤੀ ਸੀ ਕਿ ਇੱਕ ਤਰਫਾ ਹੀ ਸਾਰੇ ਚੱਲਣਗੇ ਤੇ 29,000 ਦੀ ਲੀਡ ਨਾਲ ਅਪਰੋਕਸੀਮੇਟਲੀ ਸ਼ਾਇਦ 29,000-29,500 ਦੀ ਲੀਡ ਨਾਲ ਜਿਤਾਇਆ ਜੀ ਬੜੇ ਚਾਅ ਨਾਲ ਜਿਤਾਇਆ ਪਰ ਲੋਕਾਂ ਦਾ ਚਾਅ ਵੀ 5 ਸਾਲ 'ਚ ਲੱਥ ਗਿਆ ਹਲਕੇ ਦਾ ਵਿਕਾਸ ਦੇ ਹੋਏ ਨਾ ਹੋਵੇ ਉਹ ਸੈਪਰੇਟ ਇਸ਼ੂ ਆ ਪਰ ਆਪਣਾ ਪਰਸਨਲ ਅਤੇ ਫਾਈਨੈਂਸ਼ੀਅਲ ਵਿਕਾਸ ਬਹੁਤ ਹੋਇਆ ਇਹ ਤੁਸੀਂ 5 ਸਾਲ ਪੁਰਾਣੇ ਜਿਹੜੇ ਇਨਕਮ ਟੈਕਸ ਦੇ ਉਹਨਾਂ ਨੇ ਫਾਈਲ ਕੀਤੇ ਡਾਟੇ ਨੇ ਤੁਸੀਂ ਕਢਾ ਕੇ ਵੇਖ ਸਕਦੇ ਹੋ ਜਦੋਂ MLA ਬਣੀ ਦਾ ਵਾ ਤੇ ਉਹ 'ਚ ਫਾਈਲ ਕਰੀਦਾ ਤੁਹਾਡਾ ਕਹਿਣਾ ਮਤਲਬ ਕਿ ਆਪਣੇ ਵਿਕਾਸ ਇਹਨਾਂ ਦੇ ਹੋਏ ਆ ਯੈਸ ਕੋਈ ਦੋ ਰਾਏ ਨਹੀਂ ਕਾਰਜਕਾਲ ਬਹੁਤ ਹੀ ਨਿਕੰਮਾ ਰਿਹਾ ਇਹਨਾਂ ਦਾ ਮੈਂ ਇਹਨਾਂ ਦੀ 1 ਸਾਲ ਵੇਟ ਕੀਤੀ ਕਿ ਮੈਨੂੰ ਕੋਈ ਰੋਜ਼ਗਾਰ ਦੇਵੇਗੇ ਜੀ ਇਹਨਾਂ ਨੇ ਰੋਜ਼ਗਾਰ ਦਾ ਵਾਅਦਾ ਕੀਤਾ ਸੀ ਘਰ ਘਰ ਨੌਕਰੀ ਦੇਣ ਦਾ ਜੇ ਨਹੀਂ ਨੌਕਰੀ ਦਿੰਦੇ ਪਤਾ ਦੇਣ ਦਾ ਵਾਅਦਾ ਕੀਤਾ ਸੀ ਨਾ ਇਹਨਾਂ ਨੇ ਰੋਜ਼ਗਾਰ ਦਿੱਤੀ ਨਾ ਇਹਨਾਂ ਨੇ ਕੋਈ ਪਤਾ ਦਿੱਤਾ ਅਸੀਂ ਤਾਂ ਜੀ ਵੇਖੋ ਅਕਾਲੀ ਦਲ ਨੂੰ ਵੋਟ ਕਰਾਂਗੇ ਵੋਟ ਠੋਕ ਕੇ ਪਾਵਾਂਗੇ ਔਰ ਮਦਦ ਕਰਾਂਗੇ ਕਿਉਂਕਿ ਜਿਹੜੀ ਡਿਵੈਲਪਮੈਂਟ ਅਕਾਲੀ ਦਲ ਨੇ ਕੀਤੀ ਆ ਉਹ ਕਾਂਗਰਸ ਨੇ ਕਿੱਥੇ ਕੀਤੀ ਆ ਤੁਸੀਂ ਕਰੋਨਾ ਕਾਲ ਵੇਖ ਲਓ ਇੱਕ ਗੌਰਮੈਂਟ ਦਾ ਫਰਜ਼ ਬਣਦਾ ਲੋਕਾਂ ਨੂੰ ਪੁੱਛਣ ਦਾ ਇਹ ਤਾਂ ਰਾਸ਼ਨ ਦੇਣ ਤੋਂ ਲੜ ਪੈਂਦੇ ਰਹੇ ਆ ਉਲਟੀ ਰਾਜਨੀਤੀ ਕੀਤੀ ਪਰਚੇ ਕਰਾਏ ਲੋਕਾਂ ਨੂੰ ਦਬਾਇਆ ਮੇਰੇ ਤੇ ਖੋਤੇ ਨਾ ਕਈ ਪਰਚੇ ਕਰਾਏ ਕਾਂਗਰਸ ਨੂੰ ਆ ਪੁੱਛੋ MLA ਜਿਹੜਾ ਮੌਜੂਦ ਹੈ ਉਹਨੂੰ ਨਹੀਂ ਕਰਾਏ ਕਿਤੇ ਬਹਿਸ ਆਉਂਦੀ ਸਾਹਮਣੇ ਕਰਵਾਇਆ ਤੁਸੀਂ ਮੈਂ ਹਾਈ ਕੋਰਟ ਤੋਂ ਜਾ ਜਾ ਕੇ ਬਰੀ ਹੋਇਆ 50 ਵਾਰੀ ਇੱਕ ਵੀ ਸਕੀਮ ਇਹਨਾਂ ਨੇ ਜਿਹੜੀ ਆ ਕਿ ਬਾਦਲ ਸਰਕਾਰ ਤੋਂ ਇਲਾਵਾ ਕੋਈ ਦਿੱਤੀ ਨਹੀਂ ਅਜੇ ਤੱਕ ਕੋਈ ਇੱਕ ਸਕੀਮ ਗਿਣਾ ਦੇਣ ਜਿਹੜੀਆਂ ਉਹਨਾਂ ਨੇ ਚਲਾਈਆਂ ਉਹ ਵੀ ਨਹੀਂ ਇਹਨਾਂ ਕੋਲ ਚੱਲ ਸਕੀਆਂ ਹਰ 5 ਪਿੰਡਾਂ ਦੇ ਉੱਤੇ ਇੱਕ ਜਿਹੜਾ ਸੁਵਿਧਾ ਸੈਂਟਰ ਖੋਲਿਆ ਸੀਗਾ ਇਹਨਾਂ ਨੇ 5 ਪਿੰਡਾਂ ਦੇ ਕਰਤਾ ਵਾਅਦੇ ਸੀਗੇ ਇਹਨਾਂ ਦੇ ਕਿ ਨੌਜਵਾਨਾਂ ਨੂੰ ਬੇਰੁਜ਼ਗਾਰਾਂ ਨੂੰ ਨੌਕਰੀ ਦੇਵਾਂਗੇ ਜੇ ਕੱਚੇ ਮੁਲਾਜ਼ਮ ਨੂੰ ਪੱਕੇ ਕਰਾਂਗੇ ਉਹਨਾਂ ਨੂੰ ਕਿੱਦਾਂ ਦੇਖਦੇ ਬਾਈ ਕੁਛ ਨਹੀਂ ਕੀਤਾ ਜੀ ਇਹਨਾਂ ਨੇ ਬਸ ਭਾਈ ਗੱਲਾਂ ਦਾ ਕੜਾ ਬਣਾਇਆ ਜੀ ਗੁਰਕਾ ਸਾਹਿਬ ਅੱਜ ਫੜ ਕੇ ਸੋਹਾਂ ਖਾ ਲਈਆਂ ਘਰ ਘਰ ਕੈਪਟਨ ਦੇ ਦਾਂਗੇ ਨਸ਼ਾ ਮੁਕਤ ਕਰ ਦਿਆਂਗੇ ਇਹ ਕਰ ਦਿਆਂਗੇ ਕੋਈ ਵਾਅਦਾ ਪੂਰਾ ਨਹੀਂ ਹੋਇਆ ਮੈਨੂੰ ਇੱਕੋ ਹੀ ਬੰਦਾ ਆ ਕੇ ਦੱਸ ਦੇ ਵੀ ਕਿਹੜਾ ਕੈਪਟਨ ਘਰ ਘਰ ਕੈਪਟਨ ਨੇ ਇਹਨਾਂ ਦਿੱਤਾ ਅਤੇ ਕਿਹੜਾ ਮੋਬਾਈਲ ਫੋਨ ਦਿੱਤਾ ਸਾਰੇ ਤਾਂ ਬੇਰੋਜ਼ਗਾਰ ਤੁਰੇ ਫਿਰਦੇ ਜਿਹੜੇ 10 ਸਾਲ ਪਹਿਲਾਂ ਰਹਿ ਚੁੱਕੇ ਗੁਰਭਜਨ ਸਿੰਘ ਬੱਬੇ ਵਾਲੀ ਸਾਹਿਬ ਨੇ ਉਹਨਾਂ ਨੇ ਬੱਚਿਆਂ ਲਈ ਮੈਰੀਟੋਰੀਅਲ ਸਕੂਲ ਖੋਲ੍ਹੇ ਸੇਵਾ ਕੇਂਦਰ ਘਰ ਘਰ ਖੋਲ੍ਹੇ ਸਟੇਡੀਅਮ ਬਣਾਇਆ ਗੁਰੂ ਨਾਨਕ ਉੱਥੇ ਬਣਾਇਆ ਸਟੇਡੀਅਮ ਇਹਨਾਂ ਨੇ ਜਿਹੜਾ ਮੌਕੇ ਦਾ ਵਿਧਾਇਕ ਆ ਇਹਨਾਂ ਨੇ ਸਿਰਫ ਪਰਚਿਆਂ ਦੀ ਰਾਜਨੀਤੀ ਕੀਤੀ ਹੈ ਇੱਥੇ ਵੀ ਹਰ 5 ਸਾਲ ਬਾਅਦ ਗਲੀਆਂ ਬਣਾ ਦਈਏ ਅਤੇ ਨਾਲੀਆਂ ਬਣਾ ਦਈਏ ਵਿਕਾਸ ਹੋ ਗਿਆ ਅਤੇ ਗਲੀਆਂ ਨਾਲੀਆਂ ਬਣਾਇਆ ਤਾਂ ਵਿਕਾਸ ਨਹੀਂ ਹੋਣਾ ਨਾ ਬੱਚਿਆਂ ਵਾਸਤੇ ਸਕੂਲ ਚਾਹੀਦੇ ਆ ਬੇਰੁਜ਼ਗਾਰੀ ਵਾਸਤੇ ਇੱਥੇ ਫੈਕਟਰੀਆਂ ਖੁੱਲ੍ਹਣੀਆਂ ਚਾਹੀਦੀਆਂ ਕੋਈ ਕੰਪਨੀਆਂ ਖੁੱਲ੍ਹਣੀਆਂ ਚਾਹੀਦੀਆਂ ਕੋਈ ਇੱਕ ਫੈਕਟਰੀ ਖੁੱਲ੍ਹੀ ਆ ਦੱਸ ਦਿਓ ਕੋਈ ਇੱਕ ਕੋਈ ਵੀ ਬੇਰੁਜ਼ਗਾਰੀ ਵਾਸਤੇ ਕੋਈ ਰੁਜ਼ਗਾਰ ਲੈ ਕੇ ਆਏ ਉਹ ਦੱਸ ਦਿਓ ਕੋਈ ਸਕੀਮ ਇਹਨਾਂ ਜੇ ਦਿੱਤੀ ਹੋਏ ਤਾਂ ਦੱਸ ਦੇਣ ਕੋਈ ਇਹਨਾਂ ਰੋਡ ਬਣਾਇਆ ਹੋਣ ਤਾਂ ਦੱਸ ਦੇਣ ਕੋਈ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਕਰਾਈ ਹੋਣ ਤਾਂ ਦੱਸ ਦੇਣ 2022 ਦੀਆਂ ਚੋਣਾਂ ਹੁਣ ਲਾਗੇ ਆ ਗਈਆਂ ਹੋਈਆਂ ਕੀ ਸਮਝਦੇ ਹੋ ਕਿਹੜੀ ਸਰਕਾਰ ਚਾਹੁੰਦੇ ਹੋ 2022 ਦੇ ਵਿੱਚ ਮੈਂ ਕਹਿੰਦਾ ਜੀ ਅਕਾਲੀ ਦਲ ਦੀ ਸਰਕਾਰ ਆ ਗਈ ਆ ਆਉਣੀ ਨਹੀਂ ਚਾਹੀਦੀ ਆ ਗਈ ਆ ਅਕਾਲੀ ਦਲ ਸਰਕਾਰ ਜਿਹੜੀ ਠਾਠਾ ਮਾਰਦੀ ਆ ਰਹੀ ਹੈ ਭਾਈ ਇਹੀ ਤੇ ਇਹੀ ਜਾਣਿਆ ਵੀ ਅਕਾਲੀ ਦਲ ਸਰਕਾਰ ਆਏ ਸਰਦਾਰ ਗੁਰਬਚਨ ਸਿੰਘ ਜੀ ਬੱਬੇ ਹਾਲੀ ਸ਼੍ਰੋਮਣੀ ਅਕਾਲੀ ਦਲ ਜੀ ਇਹ ਅਕਾਲੀ ਦਲ ਦੀ ਸਰਕਾਰ ਬਣੇ ਜਦੋਂ ਆਪਾਂ +2 ਕੀਤੀ ਆ ਬੇਰੁਜ਼ਗਾਰ ਫਿਰ ਰਹੇ ਨੇ ਸਾਨੂੰ ਕਹਿੰਦੇ ਅਕਾਲੀ ਸਰਕਾਰ ਆਏ ਸਾਨੂੰ ਕੋਈ ਨੌਕਰੀ ਮਿਲੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ ਤੇ ਸਵਾਗਤ ਹੈ ਤੁਹਾਡਾ ਸਾਡੇ ਖਾਸ ਪ੍ਰੋਗਰਾਮ 'ਚ ਜਿਸਦਾ ਨਾਮ ਹੈ ਸੁਣੋ MLA ਸਾਹਿਬ ਅਸੀਂ ਇਸ ਵੇਲੇ ਮੌਜੂਦ ਹਾਂ ਪੰਜਾਬ ਦੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਲੇਟ ਨਾਈਟ ਦਾ ਸਮਾਂ ਹੈ ਰਾਤ ਦਾ ਸਮਾਂ ਹੈ ਅੱਜ ਅਸੀਂ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇਸ ਵਕਤ ਨੋਰਮਲੀ ਲੋਕ ਨਿਕਲਦੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ MLA ਸਾਹਿਬ ਇੱਥੇ ਮੌਜੂਦਾ ਨੇ ਕੀ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ ਜਿਹੜੇ ਵਾਅਦੇ ਉਹਨਾਂ ਨਾਲ ਕੀਤੇ ਗਏ ਸੀ ਕੀ ਉਹ ਵਾਅਦੇ ਪੂਰੇ ਹੋਏ ਜੇਕਰ ਨਹੀਂ ਹੋਏ ਤੇ ਕੀ ਕਿਹੜਾ ਚਿਹਰਾ ਚਾਹੁੰਦੇ ਨੇ ਜਿਹੜੇ ਮੁੱਦੇ ਪਹਿਲੇ ਜਨਤਾ ਵੱਲੋਂ ਤੋਂ ਚੱਕੇ ਗਏ ਸੀ ਕੀ ਉਹ ਮੁੱਦਿਆਂ ਦਾ ਹੱਲ ਹੋਇਆ ਜੇ ਨਹੀਂ ਹੋਇਆ ਤਾਂ ਫਿਰ ਕਿਹੜਾ ਚਿਹਰਾ 2022 ਦੀਆਂ ਚੋਣਾਂ ਚਾਹੁੰਦੇ ਨੇ ਇਸ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਇਹ ਵੀ ਦੇਖਾਂਗੇ ਕਿ ਕੀ ਲੋਕਾਂ ਦੀ ਰਾਏ ਹੈ ਕਿਹਨੂੰ ਉਹ ਚਾਹੁੰਦੇ ਨੇ ਕੌਣ ਇਹਨਾਂ ਦਾ ਪਸੰਦੀਦਾਰ ਉਮੀਦਵਾਰ ਹੈ ਜਿਹਨੂੰ ਐਤਕੀ ਵਿਧਾਇਕ ਦੀ ਕੁਰਸੀ ਤੇ ਬਿਠਾਉਣਗੇ ਗੁਰਦਾਸਪੁਰ ਦੀ ਜ਼ਿੰਮੇਵਾਰੀ ਦੇਣਗੇ ਤੇ ਆਪਣੇ ਮਸਲਿਆਂ ਦਾ ਹੱਲ ਲੈਣਗੇ ਗੁਰਦਾਸਪੁਰ ਜ਼ਿਲ੍ਹੇ 'ਚ ਅਸੀਂ ਇੱਥੇ ਇੱਕ ਗੱਡੀ ਦੇ 'ਚ ਰੋਕ ਅਸੀਂ ਗੱਡੀਆਂ ਨੂੰ ਰੋਕਿਆ ਲੋਕਾਂ ਆਮ ਲੋਕਾਂ ਨੂੰ ਪੁੱਛਦੇ ਹਾਂ ਹਾਂਜੀ ਬਾਈ ਜੀ ਕੀ ਲੱਗਦਾ 2017 ਤੋਂ ਲੈ ਕੇ 22 ਤੱਕ ਤੁਹਾਡੇ ਗੁਰਦਾਸਪੁਰ ਦਾ ਕੋਈ ਵਿਕਾਸ ਹੋਇਆ ਨਹੀਂ ਹੋਇਆ ਜੇ MLA ਸਾਹਿਬ ਜੀ ਨੇ ਮੌਜੂਦਾ ਨੇ ਉਹਨਾਂ ਬਾਰੇ ਕੀ ਸੋਚਦੇ ਤੁਸੀਂ ਦੇਖੋ ਜੀ ਜਿਹੜਾ ਤੇ ਵਿਕਾਸ ਆ ਉਹ ਤੁਸੀਂ ਜਾ ਕੇ ਵੇਖੋ ਨਾ ਤਾਂ ਕੋਈ ਰੋਡ ਬਣਿਆ ਨਾ ਕੋਈ ਪਿੰਡਾਂ ਦੇ ਵਿੱਚ ਵਿਕਾਸ ਹੋਇਆ
ਪਿੰਡਾਂ ਦੇ ਵਿੱਚ ਤੇ ਇੱਥੋਂ ਤੱਕ ਵੀ ਕਈ ਪੰਚਾਇਤਾਂ ਹੀ ਨਹੀਂ ਬਣੀਆਂ। ਅੱਛਾ, ਠੀਕ ਹੈ ਜੀ। ਬਿਲਕੁਲ ਹੀ ਜਿਹੜਾ ਵਾ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਕਹਿ ਲਓ ਵੀ ਬਿਨਾਂ ਖਸਮ ਤੋਂ ਰਿਹਾ। ਹਾਂਜੀ, ਅਤੇ ਫਿਰ ਜੇ ਮੈਂ ਹੋਰ ਲੋਕਾਂ ਦਾ ਗੱਲ ਕਰਾਂ, ਬਹੁਤ ਲੋਕਾਂ ਨੇ ਇਹ ਵੀ ਕਿਹਾ ਕਿ ਵਿਕਾਸ ਹੋਇਆ ਵੀ ਹੈ, ਫਿਰ ਜੇ ਉਹ ਕੀ ਕਹਿੰਦੇ ਨੇ, ਫਿਰ ਤੁਸੀਂ ਕੀ ਕਹਿੰਦੇ ਹੋ? ਦੇਖੋ ਜੀ, ਇਹ ਤਾਂ ਆਪੋ ਆਪਣਾ ਸੋਚ ਆ, ਮੈਂ ਤਾਂ ਜੋ ਤੁਹਾਡੀ ਸੋਚ ਕੋਚ ਆ, ਮੇਰੀ ਸੋਚ ਆ, ਮੇਰੇ ਮੁਤਾਬਕ ਤਾਂ ਆਪਾਂ ਹੁਣ ਕਹਿ ਦਈਏ ਵੀ ਹਰ 5 ਸਾਲ ਬਾਅਦ ਗਲੀਆਂ ਬਣਾ ਦਈਏ ਅਤੇ ਨਾਲੀਆਂ ਬਣਾ ਦਈਏ, ਉਹ ਵਿਕਾਸ ਹੋ ਗਿਆ? ਅਤੇ ਗਲੀਆਂ ਨਾਲੀਆਂ ਬਣਾਇਆ ਤਾਂ ਵਿਕਾਸ ਨਹੀਂ ਹੋਣਾ ਨਾ। ਬੱਚਿਆਂ ਵਾਸਤੇ ਸਕੂਲ ਚਾਹੀਦੇ ਆ, ਬੇਰੁਜ਼ਗਾਰੀ ਵਾਸਤੇ ਇੱਥੇ ਫੈਕਟਰੀਆਂ ਖੁੱਲ੍ਹਣੀਆਂ ਚਾਹੀਦੀਆਂ, ਕੋਈ ਕੰਪਨੀਆਂ ਖੁੱਲ੍ਹਣੀਆਂ ਚਾਹੀਦੀਆਂ। ਕੋਈ ਇੱਕ ਫੈਕਟਰੀ ਖੁੱਲ੍ਹੀ ਆ ਦੱਸ ਦਿਓ, ਕੋਈ ਇੱਕ, ਕੋਈ ਵੀ ਬੇਰੁਜ਼ਗਾਰੀ ਵਾਸਤੇ ਕੋਈ ਰੁਜ਼ਗਾਰ ਲੈ ਕੇ ਆਏ ਉਹ ਦੱਸ ਦਿਓ, ਕੋਈ ਪਿੰਡਾਂ ਦੇ ਵਿੱਚ ਕੋਈ ਜਿੰਮ ਖੁੱਲ੍ਹੇ ਤਾਂ ਉਹ ਦੱਸ ਦਿਓ, ਕੋਈ ਚੰਗੇ ਸਕੂਲ ਬਣੇ ਤਾਂ ਉਹ ਦੱਸ ਦਿਓ, ਕੋਈ ਦੱਸੋ, ਮੈਨੂੰ ਜਵਾਬ ਦਿਓ ਮੇਰੀ ਗੱਲ ਦਾ। ਠੀਕ ਹੈ ਜੀ। ਸੋ ਤੁਹਾਡਾ ਕੀ ਕਹਿਣਾ ਜੀ, ਤੁਸੀਂ ਤੁਹਾਡਾ ਕੀ ਨਾਂ ਹੈ ਜੀ? ਮੇਰਾ ਨਾਂ ਜੀ ਕਮਲਜੀਤ ਸਿੰਘ ਹੈ ਜੀ। ਸਿੰਘ ਸਾਹਿਬ, ਕੀ ਸਮਝਦੇ ਹੋ ਜੀ ਕਿੱਦਾਂ ਦਾ ਸਮਾਂ ਰਿਹਾ 2017 ਤੋਂ ਲੈ ਕੇ 22 ਤੱਕ ਤੁਹਾਡਾ ਜਿਹੜਾ ਵਿਧਾਨ ਸਭਾ ਸੈਸ਼ਨ ਰਿਹਾ, ਹੁਣ ਨਵੀਆਂ 22 ਦੀਆਂ ਚੋਣਾਂ ਵੀ ਆ ਗਈਆਂ ਨੇ, ਕੀ ਸਮਝਦੇ ਹੋ? ਅਸੀਂ ਤਾਂ ਜੀ ਵੇਖੋ ਅਕਾਲੀ ਦਲ ਨੂੰ ਵੋਟ ਕਰਾਂਗੇ, ਵੋਟ ਠੋਕ ਕੇ ਪਾਵਾਂਗੇ ਔਰ ਮਦਦ ਕਰਾਂਗੇ, ਕਿਉਂਕਿ ਜਿਹੜੀ ਡਿਵੈਲਪਮੈਂਟ ਅਕਾਲੀ ਦਲ ਨੇ ਕੀਤੀ ਆ ਉਹ ਕਾਂਗਰਸ ਨੇ ਕਿੱਥੇ ਕੀਤੀ ਆ? ਅੱਛਾ, ਤੁਸੀਂ ਕਰੋਨਾ ਕਾਲ ਵੇਖ ਲਓ, ਇੱਕ ਗੌਰਮੈਂਟ ਦਾ ਫਰਜ਼ ਬਣਦਾ ਲੋਕਾਂ ਨੂੰ ਪੁੱਛਣ ਦਾ, ਇਹ ਤਾਂ ਰਾਸ਼ਨ ਦੇਣ ਤੋਂ ਲੜ ਪੈਂਦੇ ਰਹੇ ਆ। ਅੱਛਾ, ਇਹਨਾਂ ਨੇ ਕਿਸੇ ਦੀ ਕੋਈ ਮਦਦ ਨਹੀਂ ਕੀਤੀ। ਠੀਕ ਹੈ, ਬਜਾਏ ਕਿ ਮਤਲਬ ਉਲਟੀ ਰਾਜਨੀਤੀ ਕੀਤੀ, ਪਰਚੇ ਕਰਾਏ ਲੋਕਾਂ ਨੂੰ, ਦਬਾਇਆ, ਮੇਰੇ ਤਾਂ ਖੋਤੇ ਨਾਲ ਕਈ ਪਰਚੇ ਕਰਾਏ ਕਾਂਗਰਸ ਨੇ। ਆਹ ਪੁੱਛੋ MLA ਜਿਹੜਾ ਮੌਜੂਦ ਹੈ ਉਹਨੂੰ ਨਹੀਂ ਕਰਾਏ, ਕਿਤੇ ਬਹਿਸ ਆਉਂਦੀ ਸਾਹਮਣੇ ਕਰਵਾਇਆ ਤੁਸੀਂ, ਮੈਂ ਹਾਈਕੋਰਟ ਤੋਂ ਜਾ ਕੇ ਬਰੀ ਹੋਇਆ 50 ਵਾਰੀ। ਇਹ ਇਸ ਕਰਕੇ ਨਾ ਬੰਦੇ ਦਾ ਕੋਈ ਆਧਾਰ ਹੀ ਹੁਣ ਆਪ ਛਿੱਤਰੋ ਛਿੱਤਰੀ ਹੋਣ ਡਏ ਆ। ਮੈਂ ਕਹਿੰਦਾ ਜੀ ਅਕਾਲੀ ਦਲ ਦੀ ਸਰਕਾਰ ਆ ਗਈ ਆ, ਆਉਣੀ ਨੀ ਚਾਹੀਦੀ, ਆ ਗਈ ਆ। ਬਿਲਕੁਲ ਜੀ, ਅਕਾਲੀ ਦਲ ਦੀ ਸਰਕਾਰ, ਲੋਕਾਂ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਮਨ ਬਣਾ ਲਿਆ ਵੀ ਇੱਕ ਵੀ ਸਕੀਮ ਇਹਨਾਂ ਨੇ ਜਿਹੜੀ ਆ ਕਿ ਬਾਦਲ ਸਰਕਾਰ ਤੋਂ ਇਲਾਵਾ ਕੋਈ ਦਿੱਤੀ ਨਹੀਂ ਅਜੇ ਤੱਕ, ਕੋਈ ਇੱਕ ਸਕੀਮ ਗਿਣਾ ਦੇਣ ਜਿਹੜੀਆਂ ਉਹਨਾਂ ਨੇ ਚਲਾਈਆਂ, ਉਹ ਵੀ ਨਹੀਂ ਇਹਨਾਂ ਕੋਲ ਚੱਲ ਸਕੀਆਂ। ਹਰ 5 ਪਿੰਡਾਂ ਦੇ ਉੱਤੇ ਇੱਕ ਜਿਹੜਾ ਸੁਵਿਧਾ ਸੈਂਟਰ ਖੋਲ੍ਹਿਆ ਸੀਗਾ, ਇਹਨਾਂ ਨੇ 5 ਪਿੰਡਾਂ ਦੇ ਕਰਤਾ, 5 ਦੇ ਵਿੱਚੋਂ 4 ਬੰਦ ਕਰਤੇ, 1 ਚਲਾਇਆ। ਕੋਈ ਸਕੀਮ ਇਹਨਾਂ ਜੇ ਦਿੱਤੀ ਹੋਏ ਤਾਂ ਦੱਸ ਦੇਣ, ਕੋਈ ਇਹਨਾਂ ਰੋਡ ਬਣਾਇਆ ਹੋਣ ਤਾਂ ਦੱਸ ਦੇਣ, ਕੋਈ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਕਰਾਈ ਹੋਣ ਤਾਂ ਦੱਸ ਦੇਣ। ਇਹ ਕਰਕੇ ਲੋਕਾਂ ਨੇ ਮਨ ਬਣਾਇਆ ਹੈ ਕਿ ਅਕਾਲੀ ਦਲ ਸਰਕਾਰ ਵਾਸਤੇ ਵੀ ਅਕਾਲੀ ਦਲ ਸਰਕਾਰ ਜਿਹੜੀ ਠਾਠਾ ਮਾਰਦੀ ਆ ਰਹੀ ਹੈ ਜੀ। ਠੀਕ ਹੈ ਜੀ। ਸੋ ਇਹਨਾਂ ਦਾ ਕਹਿਣਾ ਜੀ ਅਕਾਲੀ ਸਰਕਾਰ ਜਿਹੜੀ ਹੈ ਐਤਕੀ 2022 ਦੇ ਗੁਰਦਾਸਪੁਰ ਦੇ ਵਿੱਚ ਆਪਣੀ ਸੀਟ ਪੱਕੀ ਕਰ ਸਕਦੀ ਹੈ। ਸੋ ਇੱਥੇ ਹੋਰ ਵੀ ਲੋਕਾਂ ਨੂੰ ਆਪਾਂ ਰੋਕਣ ਦੀ ਕੋਸ਼ਿਸ਼ ਕਰਾਂਗੇ, ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮਾਰਕੀਟ 'ਚ ਇਸ ਵੇਲੇ ਘੁੰਮ ਰਹੇ, ਗੁਰਦਾਸਪੁਰ ਦਾ ਮੇਨ ਜਿਹੜਾ ਸ਼੍ਰੀ ਹਨੂੰਮਾਨ ਚੌਂਕ ਹੈ, ਅਸੀਂ ਉੱਥੇ ਮੌਜੂਦ ਹਾਂ। ਬਾਈ ਜੀ ਇੱਕ ਮਿੰਟ ਖੁੱਲ੍ਹ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਕੀ ਨਾਂ ਜੀ ਆਪਣਾ? ਅਮਨਦੀਪ ਸਿੰਘ ਜੀ। ਸੋ ਤੁਹਾਡਾ ਕੀ ਨਾਂ ਬਾਈ? ਭਾਈ ਦੀਪੂ। ਸੋ ਅਮਨਦੀਪ ਸਿੰਘ ਅਤੇ ਦੀਪੂ, ਵਾਹ, ਬੜਾ ਛੋਟਾ ਕਿਊਟ ਜਿਹਾ ਨਾਂ ਤੁਹਾਡਾ। ਸਰ, ਕੀ ਸਮਝਦੇ ਹੋ ਜੀ ਤੁਸੀਂ 2022 ਦੀਆਂ ਚੋਣਾਂ ਨੂੰ ਲੈ ਕੇ ਕਿੱਦਾਂ ਦੇਖਦੇ ਹੋ? ਮੌਜੂਦਾ MLA ਦੇ ਜਿਹੜੇ ਕਾਰਗੁਜ਼ਾਰੀਆਂ ਨੇ ਜਾਂ ਕੰਮ ਨੇ, ਤੁਸੀਂ ਉਹਨਾਂ ਤੋਂ ਖੁਸ਼ ਹੋ ਜਾਂ ਨਹੀਂ ਹੋ, ਕੀ ਸਮਝਦੇ ਹੋ? ਭਾਈ, ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਅਕਾਲੀ ਦਲ ਸਰਕਾਰ ਆਏ ਜੀ। ਅਕਾਲੀ ਦਲ ਸਰਕਾਰ ਕਿਉਂ? ਹਾਂਜੀ, ਇਸ ਕਰਕੇ ਜੀ, ਪਹਿਲਾਂ ਤਾਂ ਇਹਨਾਂ ਨੇ ਪਹਿਲਾਂ ਸੁਵਿਧਾ ਕੇਂਦਰ ਖੋਲ੍ਹੇ ਪਿੰਡਾਂ 'ਚ, ਤੇ ਉਹਦੇ ਕਾਰਨ ਸਾਨੂੰ ਬੜੀ ਸਹੂਲਤ ਹੋਈ ਜੀ। ਠੀਕ ਹੈ ਜੀ। ਹੁਣ ਤੁਸੀਂ ਕੀ ਸਮਝਦੇ ਭਾਈ ਜੀ, ਦੀਪੂ ਜੀ ਕੀ ਸਮਝਦੇ? ਭਾਈ, ਸਾਨੂੰ ਤਾਂ ਅਕਾਲੀ ਦਲ ਸਰਕਾਰ ਵੇਲੋ, ਆਪਾਂ +2 ਕੀਤੀ ਆ, ਬੇਰੁਜ਼ਗਾਰ ਫਿਰ ਰਹੇ ਆ, ਸਾਨੂੰ ਕਹਿੰਦੇ ਅਕਾਲੀ ਸਰਕਾਰ ਆਏ, ਸਾਨੂੰ ਕੋਈ ਨੌਕਰੀ ਮਿਲੇ, ਕੋਈ ਫਾਇਦਾ ਹੋਏ। ਮੌਜੂਦਾ ਸਰਕਾਰ ਨੇ ਤੁਹਾਨੂੰ ਕੋਈ ਨੌਕਰੀ ਨਹੀਂ ਦਿੱਤੀ? ਕੁਛ ਨਹੀਂ ਮਿਲਿਆ ਭਾਈ। ਕਿਉਂ, ਵਾਅਦੇ ਸੀਗੇ ਇਹਨਾਂ ਦੇ ਕਿ ਨੌਜਵਾਨਾਂ ਨੂੰ, ਬੇਰੁਜ਼ਗਾਰਾਂ ਨੂੰ ਨੌਕਰੀ ਦੇਵਾਂਗੇ, ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਾਂਗੇ, ਉਹਨਾਂ ਨੂੰ ਕਿੱਦਾਂ ਦੇਖਦੇ ਹੋ? ਭਾਈ, ਕੁਛ ਨਹੀਂ ਕੀਤਾ ਜੀ ਇਹਨਾਂ ਨੇ, ਬਸ ਭਾਈ ਗੱਲਾਂ ਦਾ ਕੜਾ ਬਣਾਇਆ ਜੀ। ਅੱਛਾ, ਬਸ। ਤੁਹਾਡਾ ਕੀ ਲੱਗਦਾ ਤੁਹਾਨੂੰ, ਤੁਹਾਡੇ ਹਿਸਾਬ ਨਾਲ ਵੋਟ ਕਿਹਨੂੰ ਪੈਣੀ ਚਾਹੀਦੀ ਹੈ ਗੁਰਦਾਸਪੁਰ ਤੋਂ? ਸਾਡੇ ਹਿਸਾਬ ਨਾਲ ਅਕਾਲੀ ਦਲ ਨੂੰ ਪੈਣੀ ਚਾਹੀਦੀ ਹੈ। ਅਕਾਲੀ ਦਲ ਨੂੰ, ਅਕਾਲੀ ਦਲ ਨੂੰ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਜਿਹੜੀ ਵੋਟ ਪੈਣੀ ਚਾਹੀਦੀ ਹੈ, ਹਾਲਾਂਕਿ ਜਿਹੜੇ ਵਾਅਦੇ ਨੌਜਵਾਨਾਂ ਨੇ ਕੀਤੇ ਗਏ ਸੀ, ਇਹਨਾਂ ਨੇ ਕਹਿਣਾ ਕਿ ਬੇਰੁਜ਼ਗਾਰ ਅਸੀਂ ਹਾਂ, ਸਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਅੱਗੇ ਚੱਲਦੇ ਹਾਂ, ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਈ ਜੀ ਕੀ ਨਾਂ ਜੀ ਆਪਣਾ? ਮੇਰਾ ਨਾਮ ਜਗਨਦੀਪ ਸਿੰਘ, ਐਡਵੋਕੇਟ ਹੈ ਜੀ। ਸੋ ਗਗਨ, ਤੁਸੀਂ ਐਡਵੋਕੇਟ ਹੋ, ਸੋ ਐਡਵੋਕੇਟ ਸਾਹਿਬ ਕੀ ਸਮਝਦੇ ਹੋ, ਕਿਉਂਕਿ ਤੁਹਾਨੂੰ ਤਾਂ ਇਸ ਗੱਲ ਦੀ ਫਿਰ ਜ਼ਿਆਦਾ ਨੌਲੇਜ ਹੋਏਗੀ, ਸਿਆਸਤ ਦੀ ਵੀ ਨੌਲੇਜ ਹੋਏਗੀ, ਕੀ ਸਮਝਦੇ ਹੋ 2017 ਤੋਂ ਲੈ ਕੇ 22 ਤੱਕ ਜਿਹੜੇ ਵਾਅਦੇ ਕੀਤੇ ਗਏ ਸਨ ਮੌਜੂਦਾ MLA ਵੱਲੋਂ ਜਾਂ ਮੌਜੂਦਾ ਸਰਕਾਰ ਵੱਲੋਂ, ਪੂਰੇ ਹੋਏ ਨੇ? ਦੇਖੋ ਜੀ, ਵਾਅਦਾ ਤਾਂ ਪੂਰਾ ਕੋਈ ਨਹੀਂ ਹੋਇਆ, ਇੱਥੇ ਮੈਂ ਇਹੋ ਕਹਿਣਾ ਚਾਹਾਂਗਾ ਵੀ ਜੇ ਤਾਂ ਡਿਵੈਲਪਮੈਂਟ ਹੋਈ ਆ ਪੰਜਾਬ ਦੇ ਵਿੱਚ, ਉਹ 2007 ਤੋਂ ਲੈ ਕੇ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਨਾਲ ਹੋਈ ਆ ਜੀ। ਉਸ ਤੋਂ ਇਲਾਵਾ ਕੋਈ ਡਿਵੈਲਪਮੈਂਟ ਨਹੀਂ। ਗੁਟਕਾ ਸਾਹਿਬ ਹੱਥ 'ਚ ਫੜ ਕੇ ਸੋਹਾਂ ਖਾ ਲਈਆਂ, ਘਰ ਘਰ ਕੈਪਟਨ ਦੇ ਦਾਂਗੇ, ਨਸ਼ਾ ਮੁਕਤ ਕਰ ਦਿਆਂਗੇ, ਇਹ ਕਰ ਦਿਆਂਗੇ, ਕੋਈ ਵਾਅਦਾ ਪੂਰਾ ਨਹੀਂ ਹੋਇਆ। ਮੈਨੂੰ ਇੱਕੋ ਹੀ ਬੰਦਾ ਆ ਕੇ ਦੱਸ ਦੇ ਵੀ ਕਿਹੜਾ ਕੈਪਟਨ, ਘਰ ਘਰ ਕੈਪਟਨ ਨੇ ਇਹਨਾਂ ਦਿੱਤਾ ਅਤੇ ਕਿਹੜਾ ਮੋਬਾਈਲ ਫੋਨ ਦਿੱਤਾ। ਸਾਰੇ ਤਾਂ ਬੇਰੁਜ਼ਗਾਰ ਤੁਰੇ ਫਿਰਦੇ,
लोगों गुमराह करन लई। देखो घर घर करजे माफ कर दांगे जी, आपां कोई इंडस्ट्रियां ला दांगे, बेरोजगारी नहीं रहेगी, पर इदां दा कुछ नहीं होया। ਤੁਸੀਂ ਕੀ ਸਮਝਦੇ ਹੋ 2022 ਦੇ ਵਿੱਚ ਫਿਰ ਗੁਰਦਾਸਪੁਰ ਦੀ ਜਨਤਾ ਕਿਹਨੂੰ ਚਾਹੁੰਦੀ ਹੈ, ਕਿਉਂਕਿ ਤੁਹਾਡਾ ਵਾਰਤਾ ਹੁੰਦਾ ਹੋਏਗਾ ਲੋਕਾਂ ਦੇ ਨਾਲ, ਐਡਵੋਕੇਟ ਹੋ ਲਗਾਤਾਰ ਤੁਹਾਡੇ ਕੋਲ ਲੋਕ ਆ ਕੇ ਮਿਲਦੇ ਵੀ ਹੋਣਗੇ? ਸਰ ਗੱਲ ਇਹ ਹੈ ਜੀ, 2022 ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਸਰਦਾਰ ਗੁਰਬਚਨ ਸਿੰਘ ਜੀ ਬੱਬੇਹਾਲੀ ਫਿਰ ਆਉਣ ਅਤੇ ਹਲਕੇ ਦੀ ਵਾਗਡੋਰ ਸੰਭਾਲਣ, ਕਿਉਂਕਿ ਉਹ ਇੱਕ ਇਨਸਾਫ ਪਸੰਦ ਜਿਹੜੇ ਉਹ ਨੇਤਾ ਨੇ ਸਾਡੇ, ਅਤੇ ਉਹ ਅੱਗੇ ਵੀ 2007-17 ਤੱਕ ਰਹੇ ਨੇ, ਅਤੇ ਬਹੁਤ ਵਧੀਆ ਗੁਰਦਾਸਪੁਰ ਦੀ ਡਿਵੈਲਪਮੈਂਟ ਉਹਨਾਂ ਨੇ ਕੀਤੀ, ਮੈਡੀਟੋਰੀਅਮ ਸਕੂਲ ਉਹਨਾਂ ਨੇ ਬਣਾਏ, ਈਵਨ ਕੋਰਟ ਕੰਪਲੈਕਸ ਇੰਨਾ ਵਧੀਆ ਬਣਾਇਆ, ਵਕੀਲਾਂ ਵਾਸਤੇ ਚੈਂਬਰ ਬਣਾਏ। ਅੱਛਾ, ਬਹੁਤ ਜ਼ਿਆਦਾ ਉਹਨਾਂ ਨੇ ਡਿਵੈਲਪਮੈਂਟ ਕੀਤੀ ਆ, ਲੇਕਿਨ ਕੁਛ ਕੁ ਲੋਕ ਗੁੰਮਰਾਹ ਹੋ ਚੁੱਕੇ ਦੇ ਨੇ, ਅਤੇ ਅੱਗੇ ਵੀ ਕਈ ਪਾਰਟੀਆਂ ਨੇ ਕੋਈ ਫਾਰਮ ਭਰਾ ਰਹੇ ਨੇ। ਇੱਥੇ ਮੈਂ ਗੱਲ ਦੱਸਣਾ ਚਾਹੁੰਦਾ ਵੀ ਇੱਕ ਜਦੋਂ ਇਹ ਸਰਕਾਰ ਆਈ ਨਾ, ਇਹ ਤੋਂ ਪਹਿਲਾਂ ਇੱਕ ਜਿੰਨੇ ਬੱਚੇ ਸੀ ਨਾ ਬੀਟੈਕ MBA MTech ਉਹਨਾਂ ਨੂੰ ਲੈ ਲਿਆ, ਉਹਨਾਂ ਦੇ ਗਲਾਂ 'ਚ ਆਈ ਕਾਰਡ ਪਵਾ ਤੇ, ਉਹਨਾਂ ਨੂੰ ਯੂਨੀਫਾਰਮ ਪਵਾ ਤੀ, ਉਹਨਾਂ ਨੇ ਪਿੰਡ ਪਿੰਡ ਜਾ ਕੇ ਕੀ ਕਰਨਾ, ਹਾਂਜੀ ਦੱਸੋ ਜੀ ਤੁਹਾਡਾ ਕਰਜ਼ਾ ਕਿੰਨਾ, ਜੇ ਉਹਨਾਂ ਨੇ ਕਹਿਣਾ ਜੀ 10 ਲੱਖ, ਨਹੀਂ ਜੀ 10 ਲੱਖ ਨਹੀਂ ਹੋਣਾ ਜੀ, 7 ਕੁ ਲੱਖ ਅਸੀਂ ਮਾਫ਼ ਕਰ ਦਾਂਗੇ, ਅਗਲਿਆਂ ਛੋਟੀ ਹੋ ਗਈ। ਅੱਛਾ ਬੇਟੇ ਕਿੰਨੇ ਆ ਜੀ? ਬੇਟੇ 3 ਆ ਜੀ। ਅੱਛਾ ਚਲੋ ਇੱਦਾਂ ਕਰਾਂਗੇ ਵੀ ਆਹ ਇੱਕ ਨੂੰ ਥਾਣੇਦਾਰ ਲਾ ਦਾਂਗੇ, ਅਤੇ ਬਾਕੀ 2 ਫਿਰ ਆਪਣਾ ਦੇਖ ਲੈਣ, ਕੋਈ ਹੋਰ ਰੁਜ਼ਗਾਰ ਦੇਖ ਲੈਣ, ਜਾਂ ਆਪਾਂ ਹੋਰ ਦੇਖ ਲੈਂਦੇ ਹਾਂ। ਸਾਰੇ ਉਹਨਾਂ ਦੇ ਫਾਰਮ ਭਰਾ ਤੇ, ਬਿਜਲੀ ਦੇ ਬਿੱਲ ਮਾਫ਼ ਦੇ ਸਾਰੇ, ਅਤੇ ਉਹਨਾਂ ਦੀ ਡਿਊਟੀ ਸੀਗੀ ਵੀ ਉਹਨਾਂ ਨੇ ਹਫ਼ਤੇ ਵਿੱਚ ਇੱਕ ਵਾਰੀ ਫੋਨ ਜ਼ਰੂਰ ਕਰਨਾ ਉਸ ਘਰ ਨੂੰ ਵੀ ਉਹ ਫਾਰਮ ਤੁਹਾਡੇ ਕੋਲ ਹੀ ਹੈ ਨਾ, ਉਹ ਫਾਰਮ ਨਾ ਗਵਾਇਓ, ਜੇ ਉਹ ਫਾਰਮ ਗਵਾਚ ਗਿਆ ਤਾਂ ਫਿਰ ਤੁਹਾਨੂੰ ਕੋਈ ਬੈਨੀਫਿਟ ਨਹੀਂ ਮਿਲਣਾ। ਉਸੇ ਕਰਕੇ ਲੋਕ ਗੁੰਮਰਾਹ ਹੋ ਗਏ ਅਤੇ ਇਹ ਆਪਣੀ ਉਹਦੇ ਵਿੱਚ ਕਾਰਵਾਈ 'ਚ ਸਫਲ ਹੋ ਗਏ। ਠੀਕ ਹੈ, ਸੋ ਮਤਲਬ ਕੀ ਚਾਹੁੰਦੇ ਹੋ ਫਿਰ 2022 ਦੇ ਵਿੱਚ ਐਤਕੀ ਫਿਕੇ ਦੀ ਸਰਕਾਰ ਆਵੇ, ਕੀ ਕੀ ਲੱਗਦਾ ਕਿ ਕਿਹੜਾ ਉਮੀਦਵਾਰ ਜਿਹੜਾ ਹੈ SQL, ਕਿਉਂਕਿ ਤੁਸੀਂ ਪਹਿਲਾਂ ਵੀ ਜ਼ਿਕਰ ਤਾਂ ਕਰ ਹੀ ਦਿੱਤਾ, ਬਟ ਫਿਰ ਵੀ ਕੋਈ ਅਜਿਹੇ ਵਾਅਦੇ ਜਿਹੜੇ ਉਹਨਾਂ ਵੱਲੋਂ ਕੀਤੇ ਹੋਣ ਜਿਹੜੇ ਪੂਰੇ ਕੀਤੇ ਗਏ? ਦੇਖੋ ਜੀ 2022 'ਚ ਤਾਂ ਸਾਰਿਆਂ ਨੂੰ ਹੀ ਪਤਾ ਆ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣਨੀ ਆ ਜੀ, ਇਹ ਗੱਲ ਪੱਕੀ ਆ ਜੀ। 117 'ਚੋਂ 117 ਹੀ ਸੀਟਾਂ ਅਸੀਂ ਜਿੱਤਣ ਦੀ ਉਮੀਦ ਕਰਦੇ ਹਾਂ, ਵੀ ਜਿੰਨੀ ਵਧੀਆ ਇਹ ਸਰਕਾਰ ਸੀਗੀ, ਜਿੰਨੀ ਡਿਵੈਲਪਮੈਂਟ ਇਸ ਸਰਕਾਰ ਨੇ ਕਰ ਦਿੱਤੀ ਕੋਈ ਨਹੀਂ ਕਰ ਸਕਦਾ। ਸੋ ਇਸ ਲਈ ਅਸੀਂ ਮੌਜੂਦ ਹਾਂ ਗੁਰਦਾਸਪੁਰ ਹਲਕੇ ਦੇ ਵਿੱਚ, ਅਸੀਂ ਅੱਗੇ ਜਾ ਰਹੇ ਹਾਂ, ਸੜਕ 'ਤੇ ਤੁਰਦੇ ਹਾਂ, ਇੱਥੇ ਲੋਕ ਖੜ੍ਹੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਓਕੇ, ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਆਪਣਾ? ਅਵਤਾਰ ਸਿੰਘ ਜੀ ਆਸ਼ੂ। ਤੁਹਾਡਾ ਕੀ ਨਾਂ ਜੀ? ਮੇਰਾ ਗਗਨ ਸ਼ਰਮਾ ਜੀ। ਸੋ ਕੀ ਸਮਝਦੇ ਹੋ 2022 ਦੀਆਂ ਚੋਣਾਂ ਹੁਣ ਲਾਗੇ ਆ ਗਈਆਂ ਹੋਈਆਂ, ਕੀ ਸਮਝਦੇ ਹੋ ਕਿਹੜੀ ਸਰਕਾਰ ਚਾਹੁੰਦੇ ਹੋ 2022 ਦੇ ਵਿੱਚ ਅਤੇ ਕਿਉਂ? ਸ਼੍ਰੋਮਣੀ ਅਕਾਲੀ ਦਲ ਜੀ, ਅਕਾਲੀ ਦਲ ਕਿਉਂ? ਸਰ ਉਹ ਲੋਕਾਂ ਦੀ ਭਲਾਈ ਲਈ ਆ ਅਤੇ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਆ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ, ਅਤੇ ਸਾਡੇ ਜਿਹੜੇ 10 ਸਾਲ ਪਹਿਲਾਂ ਰਹਿ ਚੁੱਕੇ ਗੁਰਬਚਨ ਸਿੰਘ ਬੱਬੇਹਾਲੀ ਸਾਹਿਬ ਨੇ, ਉਹਨਾਂ ਨੇ ਬੱਚਿਆਂ ਲਈ ਮੈਰੀਟੋਰੀਅਲ ਸਕੂਲ ਖੋਲ੍ਹੇ, ਸੇਵਾ ਕੇਂਦਰ ਘਰ ਘਰ ਖੋਲ੍ਹੇ, ਸਟੇਡੀਅਮ ਬਣਾਇਆ, ਗੁਰੂ ਨਾਨਕ ਪਾਰਕ ਉੱਥੇ ਬਣਾਇਆ ਸਟੇਡੀਅਮ। ਇਹਨਾਂ ਨੇ ਜਿਹੜਾ ਮੌਕੇ ਦਾ ਵਿਧਾਇਕ ਆ, ਇਹਨਾਂ ਨੇ ਸਿਰਫ ਪਰਚਿਆਂ ਦੀ ਰਾਜਨੀਤੀ ਕੀਤੀ ਹੈ ਇੱਥੇ, ਠੀਕ ਹੈ ਜੀ। ਇਹਨਾਂ ਨੇ ਕਿਹਾ ਵੀ 15 ਸਟੇਡੀਅਮ ਬਣਾਵਾਂਗੇ, ਇੱਕ ਵੀ ਸਟੇਡੀਅਮ ਨਹੀਂ ਬਣਾਇਆ ਇਹਨਾਂ ਨੇ, ਅਤੇ ਨਾ ਹੀ ਕੋਈ ਕੰਮ ਕੀਤਾ। ਠੀਕ ਹੈ, ਤੁਹਾਡਾ ਕੀ ਕਹਿਣਾ? ਸਰ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਨਾ, ਇਹ ਜੋ ਕਹਿੰਦੀ ਆ ਉਹ ਕਰਦੀ ਆ, ਠੀਕ ਆ ਜੀ। 2007 'ਚ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਨਾ, ਉਹ ਪੂਰੇ ਕੀਤੇ ਆ। ਠੀਕ ਹੈ, ਫਿਰ 2000 ਆਪਣੇ 12 ਵਿੱਚ ਜਿਹੜੀ ਇਲੈਕਸ਼ਨ ਹੋਈ, ਉਹ 'ਚ ਵੀ ਜਿਹੜੇ ਵਾਅਦੇ ਕੀਤੇ ਆ ਉਹ ਵੀ ਇਹਨਾਂ ਨੇ ਪੂਰੇ ਕੀਤੇ ਆ। ਇਸ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਫੈਨ ਹਾਂ, ਠੀਕ ਆ, ਇਸ ਕਰਕੇ ਅਸੀਂ ਉਹਨਾਂ ਨੂੰ ਵੋਟ ਪਾਉਣਾ ਚਾਹੁੰਦੇ ਹਾਂ, ਠੀਕ ਆ। ਪਰ ਜਿਹੜੇ ਇਸ ਟਾਈਮ ਆਪਣੀ ਕਾਂਗਰਸੀ ਆ ਨਾ, ਉਹ ਕਹਿੰਦੇ ਘਰ ਘਰ ਨੌਕਰੀ ਦੇਵਾਂਗੇ, ਕਿਸ ਨੇ ਦਿੱਤੀ? ਠੀਕ ਆ, ਸਾਰੇ ਝੂਠੇ, ਕੋਈ ਇੱਕ ਵੀ ਵਾਅਦਾ ਨਹੀਂ ਪੂਰਾ ਕਰ ਚੁੱਕੇ, ਇੱਕ ਵੀ ਵਾਅਦਾ ਨਹੀਂ ਪਾਇਆ। ਕੋਈ ਇੱਕ ਕੋਈ ਕਾਂਗਰਸ ਵਰਕਰ ਮੇਰੇ ਲੱਗੇ ਆ ਕੇ ਡਿਬੇਟ ਕਰ ਲਏ, ਕੋਈ ਮੈਨੂੰ ਇੱਕ ਵਾਅਦਾ ਦੱਸ ਦੇ ਜਿਹੜਾ ਉਹਨੇ ਪੂਰਾ ਕੀਤਾ ਹੋਏ ਕਾਂਗਰਸ ਨੇ। ਠੀਕ ਹੈ, ਕੋਈ ਇੱਕ ਵਾਅਦਾ ਦੱਸ ਦੇ ਮੈਨੂੰ ਕੀਤਾ ਹੋਇਆ। ਠੀਕ ਹੈ ਜੀ, ਇੱਥੇ ਹੋਰ ਸਰ ਖੜੇ ਨੇ, ਕੀ ਨਾਂ ਜੀ ਆਪਣਾ ਜੀ? ਨਿਤੀ ਸਰ। ਸੁਨੀਤੀ ਜੀ, ਕੀ ਸਮਝਦੇ ਹੋ ਜੀ 2017 ਤੋਂ 22 ਦੇ ਵਿੱਚ ਕੀ ਕੁਛ ਹੋਇਆ ਨਹੀਂ ਹੋਇਆ, ਕੀ ਸਮਝਦੇ ਹੋ? ਸਰ ਹੋਈ ਹੈ, ਹੋਈ ਹੈ, ਹਾਂ ਸਰ, ਹਾਂ ਸਰ। ਠੀਕ ਹੈ ਜੀ, ਸੋ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਠੀਕ ਹੈ ਜੀ। ਕੀ ਨਾਂ ਜੀ ਆਪਣਾ? ਅਨੂ ਜੀ। ਅਨੂ ਜੀ, ਕੀ ਸਮਝਦੇ ਹੋ 17 ਤੋਂ ਲੈ ਕੇ 22 ਤੱਕ ਤੁਹਾਡੇ ਇੱਥੇ ਕਿੰਨਾ ਕੁ ਵਿਕਾਸ ਹੋਇਆ, ਜਾਂ ਜਿਹੜੀ ਸਰਕਾਰ ਮੌਜੂਦਾ MLA ਨੇ, ਜਿਸ ਮੌਜੂਦਾ ਸਰਕਾਰ ਦੇ MLA ਨੇ, ਕੀ ਸਮਝਦੇ ਹੋ ਉਹਨਾਂ ਦੇ ਕਿੰਨੇ ਕੰਮ ਹੋਏ ਨਹੀਂ ਹੋਏ, ਕੀ ਸਮਝਦੇ ਹੋ? ਨਹੀਂ, ਕੰਮ ਤਾਂ ਦੇਖੋ, ਪਹਿਲੀ ਗੱਲ ਤਾਂ ਮੈਂ ਉਤਰ ਜਾ ਸਕਦਾ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਬੇਨਤੀ ਇਹ ਆ ਵੀ ਸਰ, ਵਿਕਾਸ
ਬੜੇ ਤਰ੍ਹਾਂ ਦਾ ਹੁੰਦਾ ਜੀ। ਤੁਸੀਂ ਕਿਸ ਤਰ੍ਹਾਂ ਦੇ ਵਿਕਾਸ ਦਾ ਸਵਾਲ ਕੀਤਾ ਜੀ? ਜਿਹੜੇ ਵਾਅਦੇ ਤੁਹਾਡੇ MLA ਸਾਹਿਬ ਵੱਲੋਂ ਜਾਂ ਸਰਕਾਰ ਜਦੋਂ ਇੱਥੇ ਬਣੀ ਸੀ ਪਿਛਲੇ 17 ਦੇ ਵਿੱਚ ਵਾਅਦੇ ਕੀਤੇ ਗਏ ਸੀ, ਉਹਨਾਂ ਬੇਸਿਸ ਦੇ ਉੱਤੇ ਹੀ ਇੱਥੇ ਦੀ ਜਨਤਾ ਨੇ ਉਹਨੂੰ ਵੋਟ ਪਾਈ ਸੀ। ਕੀ ਸਮਝਦੇ ਹੋ ਵਾਅਦੇ ਪੂਰੇ ਹੋਏ ਨੇ? ਨਹੀਂ, ਉਦੋਂ ਵਾਅਦਿਆਂ ਦੇ ਵੋਟ ਨਹੀਂ ਸੀ ਬਾਈ, ਉਦੋਂ ਇੱਕ ਤਰਫਾ ਇਲੈਕਸ਼ਨ ਹੋ ਗਿਆ ਸੀ ਸਾਰੇ ਸ਼ਹਿਰ ਦਾ। ਠੀਕ ਹੈ, ਇਸ ਕਰਕੇ ਉਦੋਂ ਲੋਕਾਂ ਨੇ ਇੱਕ ਨਵੀਂ ਚੀਜ਼ ਪੇਸ਼ ਕੀਤੀ ਸੀ ਕਿ ਇੱਕ ਤਰਫਾ ਹੀ ਸਾਰੇ ਚੱਲਣਗੇ ਅਤੇ 29,000 ਦੀ ਲੀਡ ਨਾਲ, ਅਪਰੋਕਸੀਮੇਟਲੀ ਸ਼ਾਇਦ 29,000-29,500 ਦੀ ਲੀਡ ਨਾਲ ਜਿਤਾਇਆ ਜੀ, ਬੜੇ ਚਾਅ ਨਾਲ ਜਿਤਾਇਆ। ਪਰ ਲੋਕਾਂ ਦਾ ਚਾਅ ਵੀ 5 ਸਾਲ 'ਚ ਲੱਥ ਗਿਆ। ਕਿਉਂ, ਕੀ ਇੱਦਾਂ ਦਾ ਕਾਰਨ ਰਿਹਾ? ਨਹੀਂ, ਕਾਰਨ ਤਾਂ ਬੜੇ ਹੁੰਦੇ ਆ, ਪਰਿਵਾਰਵਾਦ ਵੀ ਹੁੰਦਾ, ਹੋਰ ਵੀ ਬੜੇ ਹੁੰਦੇ ਆ, ਕਾਰਨ ਤਾਂ ਬਹੁਤ ਨੇ ਜੀ। ਤੁਸੀਂ ਕੀ ਚਾਹੁੰਦੇ ਹੋ ਵੀ ਤੁਸੀਂ ਕਿਸ ਮੁੱਦੇ ਦੇ ਗੱਲ? ਅਸੀਂ ਤਾਂ ਨੋਰਮਲ ਜਨਤਾ ਤੋਂ ਪੁੱਛਣਾ ਚਾਹੁੰਦੇ ਕਿ 2022 ਦੇ ਵਿੱਚ ਜੇ ਤੁਸੀਂ ਦੱਸ ਰਹੇ ਹੋ ਕਿ ਪਾੜ ਪਿਆ, ਪਰਿਵਾਰਵਾਦ ਸੀਗਾ, ਬਹੁਤ ਚੀਜ਼ਾਂ ਸੀਗੀਆਂ, ਉਹ ਵਿਕਾਸ ਨੂੰ ਛੱਡ ਕੇ ਫਿਰ ਤੁਸੀਂ ਕੀ ਚਾਹੁੰਦੇ 2022 ਦੇ ਵਿੱਚ ਕਿਹਦਾ ਕਿਹੜਾ ਨਾਮ ਆਉਣਾ ਚਾਹੀਦਾ ਸਾਹਮਣੇ ਗੁਰਦਾਸਪੁਰ ਹਲਕੇ ਦੇ ਵਿੱਚ? ਜਿਵੇਂ ਗੱਲ ਨਹੀਂ, ਇਹ ਹਲੇ ਫੈਸਲਾ ਜਨਤਾ ਨੇ ਕਰਨਾ ਔਰ 30 ਦਿਨ ਪਏ ਆ ਜਨਤਾ ਕੋਲ ਇਸ ਗੱਲ ਦਾ ਫੈਸਲਾ ਕਰਨ ਵਾਸਤੇ। ਪਰ ਇਹ ਗੱਲ ਜ਼ਰੂਰ ਆ ਕਿ ਵਿਕਾਸ ਮੁੱਦੇ ਬੜੇ ਆ ਬਹਿਸ ਕਰਨ ਵਾਸਤੇ। ਇੱਕ ਮੁੱਦਾ ਲੈ ਲਈਏ ਕਿਉਂਕਿ ਤੁਹਾਡੇ ਕੋਲ ਸਮੇਂ ਘੱਟ ਆ। ਵਿਕਾਸ ਜ਼ਰੂਰ ਹੋਇਆ, ਕਿਸੇ ਦਾ ਫਾਈਨੈਂਸ਼ੀਅਲ ਹੋਇਆ ਲੀਡਰ ਦਾ ਜਾਂ ਕੀ ਹੋਇਆ, ਸ਼ਹਿਰ ਦਾ ਹੋਇਆ ਨਹੀਂ ਹੋਇਆ, ਇਹ ਵੱਧ ਦੀ ਗੱਲ ਆ। ਕਿਉਂਕਿ ਸ਼ਹਿਰ ਦਾ ਵਿਕਾਸ ਕਰਾਉਣਾ, ਹਲਕੇ ਦਾ ਵਿਕਾਸ ਕਰਾਉਣਾ ਸਰਕਾਰਾਂ ਦੀ ਡਿਊਟੀ ਆ, ਲੋਕ ਟੈਕਸ ਦਿੰਦੇ ਆ, ਉਹਦੇ 'ਚ ਤਾਂ ਕੋਈ ਮੁੱਦਾ ਹੀ ਨਹੀਂ। ਉਹ ਕਹਿਣ ਵੀ ਇਹ ਵਿਕਾਸ ਕਰਾਇਆ, ਉਹ ਤਾਂ ਪਾਰਟ ਆਫ ਸਿਸਟਮ ਆ, ਜ਼ਰੂਰੀ ਆ, ਉਹ ਜ਼ਰੂਰੀ ਆ, ਉਹਨਾਂ ਦੀ ਮਜਬੂਰੀ ਵੀ ਆ, ਜ਼ਰੂਰੀ ਵੀ ਆ ਅਤੇ ਫਰਜ਼ ਵੀ ਆ। ਹਲਕੇ ਦਾ ਵਿਕਾਸ ਦੇ ਹੋਏ ਨਾ ਹੋਵੇ ਉਹ ਸੈਪਰੇਟ ਇਸ਼ੂ ਆ, ਪਰ ਆਪਣਾ ਪਰਸਨਲ ਅਤੇ ਫਾਈਨੈਂਸ਼ੀਅਲ ਵਿਕਾਸ ਬਹੁਤ ਹੋਇਆ। ਇਹ ਤੁਸੀਂ 5 ਸਾਲ ਪੁਰਾਣੇ ਜਿਹੜੇ ਇਨਕਮ ਟੈਕਸ ਦੇ ਇਹਨਾਂ ਨੇ ਫਾਈਲ ਕੀਤੇ ਡਾਟੇ ਨੇ ਤੁਸੀਂ ਕਢਾ ਕੇ ਵੇਖ ਸਕਦੇ ਹੋ, ਜਦੋਂ MLA ਬਣੀ ਦਾ ਵਾ ਤਾਂ ਉਹ 'ਚ ਫਾਈਲ ਕਰੀਦਾ। ਮਤਲਬ ਕਿ ਆਪਣੇ ਵਿਕਾਸ ਇਹਨਾਂ ਦੇ ਹੋਏ ਆ, ਯਸ, ਕੋਈ ਦੋ ਰਾਏ ਨਹੀਂ, ਇਹ ਆਮ ਜਨਤਾ ਦੀ ਰਾਏ ਆ। ਠੀਕ ਹੈ ਜੀ, ਸੋ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਵਿਕਾਸ ਮਹਾਜਨ ਹੈ। ਸੋ ਅੱਛਾ, ਤੁਹਾਡਾ ਨਾਮ ਹੀ ਵਿਕਾਸ ਹੈ, ਸੋ ਕਿਸ ਤਰੀਕੇ ਨਾਲ ਦੇਖਦੇ ਹੋ ਜੀ ਵਿਕਾਸਾਂ ਨੂੰ ਜਿਹੜੇ 2017 ਦੇ ਵਿੱਚ ਜੇ ਆਏ ਸੀ MLA ਸਾਹਿਬ ਆਏ ਨੇ ਇੱਥੇ, ਕਿਉਂਕਿ ਸਾਡੇ ਸ਼ੋਅ ਦਾ ਨਾਮ ਹੀ ਸੁਣੋ MLA ਸਾਹਿਬ ਹੈ, ਸੋ ਕੀ ਕਹਿਣਾ ਚਾਹੋਗੇ? ਨਹੀਂ, ਬੇਸਿਕਲੀ ਦੇਖੋ ਜੋ ਉਹਨਾਂ ਨੇ ਕਿਹਾ ਬਿਲਕੁਲ ਵਧੀਆ, ਕੰਮ ਤਾਂ ਕਰਨਾ ਪੈਂਦਾ। ਅੱਜ ਕੱਲ੍ਹ ਫੰਡਸ ਗੌਰਮੈਂਟ ਕੋਲ ਬਹੁਤ ਜ਼ਿਆਦਾ ਹੈਗੇ ਨੇ, ਉਹ ਫੰਡਸ ਖਰਚਾਂਗੇ ਅਤੇ ਉਹਦਾ ਹਿਸਾਬ ਵੀ ਦੇਣਾ ਪੈਂਦਾ, ਕੁਛ ਕੰਮ ਕਰਨਾ ਵੀ ਪੈਂਦਾ, ਕੰਮ ਕੀਤਾ ਵੀ ਹੈਗਾ ਇਹਨਾਂ ਨੇ। ਬਾਕੀ ਜਨਤਾ ਦੇਖੋ ਜੀ, ਜੋ ਜੇ ਤੁਸੀਂ ਕਿਸੇ ਨਾਲ ਜਨਤਾ ਦਾ ਕੋਈ ਫਾਇਦਾ ਕੀਤਾ, ਜਨਤਾ ਤੁਹਾਨੂੰ ਵੋਟ ਪਾਏਗੀ, ਜੇ ਨਹੀਂ ਕੀਤਾ ਤਾਂ ਵੋਟ ਨਹੀਂ ਪਾਏਗੀ, ਇਹੀ ਅੱਜ ਕੱਲ੍ਹ ਅਸੂਲ ਹੈ ਜਨਤਾ। ਤੁਸੀਂ ਕੀ ਸਮਝਦੇ ਹੋ, ਤੁਸੀਂ ਕੀ ਸਮਝਦੇ ਹੋ? ਦੇਖੋ, ਮੈਂ ਆਪਣੀ ਰਾਏ ਨਹੀਂ ਦੇਣਾ ਚਾਹੁੰਦਾ, ਕਿਉਂਕਿ ਮੇਰੇ ਕੋਲ ਇੱਕ ਜ਼ਿੰਮੇਵਾਰੀ ਹੈ, ਮੈਂ ਗੁਰਦਾਸਪੁਰ ਚੈਂਬਰ ਆਫ ਕਾਮਰਸ ਦਾ ਪ੍ਰੈਜ਼ੀਡੈਂਟ ਹਾਂ, ਅਤੇ ਮੈਂ ਕਿਸੇ ਦੇ ਹੱਕ ਜਾਂ ਕਿਸੇ ਦੇ ਗਲਤ ਬਿਆਨ ਨਹੀਂ ਦੇ ਸਕਦਾ। ਠੀਕ ਹੈ, ਅਤੇ ਅਸੀਂ ਆਪਣਾ ਮਤ ਜਿਹੜਾ ਵਾ ਦੱਸ ਸਮਝ ਕੇ ਪਾਵਾਂਗੇ। ਹਾਂ, ਅਸੀਂ ਇਹ ਜ਼ਰੂਰ ਚਾਹੁੰਦਾ ਹਾਂ ਕਿ ਜਿਹੜੀ ਵੀ ਸਰਕਾਰ ਆਏ ਸਾਡੇ ਵਪਾਰੀਆਂ ਦੀ, ਛੋਟਾ ਵਪਾਰੀ, ਮੀਡੀਅਮ ਤਬਕਾ ਵਪਾਰੀ, ਉਹਦਾ ਉਹਦੇ ਫਾਇਦੇ ਸੋਚੇ, ਉਹਦੇ ਪੈਨਸ਼ਨ ਵਾਸਤੇ ਸੋਚੇ, ਉਹਦੇ ਬਾਲ ਬੱਚਿਆਂ ਬਾਰੇ ਸੋਚੇ, ਉਹਦੀ ਸਟੈਂਡਰਡ ਆਫ ਲਿਵਿੰਗ ਨੂੰ ਇੰਪਰੂਵ ਕਰੇ। ਪੈਨਸ਼ਨ ਦੀ ਗੱਲ ਕੀਤੀ ਹੈ, ਹੋਰ ਸਕੀਮਾਂ ਦੀ ਗੱਲ ਕੀਤੀ ਹੈ, ਫਿਰ ਇਹ ਸਕੀਮਾਂ ਤਾਂ ਕਿੰਨਾ ਵੱਲੋਂ ਲਾਗੂ ਹੋਈਆਂ ਸੀ ਕਿ ਜਿਹੜੇ ਮੌਜੂਦਾ 'ਚ ਮਿਲੀਆਂ ਨੇ, ਮੌਜੂਦਾ ਸਰਕਾਰਾਂ 'ਚ ਮਿਲੀਆਂ ਨਹੀਂ ਮਿਲੀਆਂ? ਤੁਹਾਡਾ ਤੁਸੀਂ ਕਿਹਾ ਇੱਕ ਚੇਅਰਮੈਨ ਹੋ, ਤੁਸੀਂ ਲੋਕਾਂ ਨਾਲ ਰਾਬਤਾ ਰੱਖਦੇ ਹੋ। ਨਹੀਂ ਦੇਖੋ, ਸੈਂਟਰ ਵੱਲੋਂ ਜਿਹੜੇ ਵਪਾਰੀਆਂ ਦੀ ਪੈਨਸ਼ਨ ਸਕੀਮ ਹੈਗੀ ਹੈ, ਜਿਸ ਤਰ੍ਹਾਂ ਪ੍ਰੋਵੀਡੈਂਟ ਫੰਡ ਹੈ, ਉਸ ਤਰ੍ਹਾਂ ਇੱਕ ਸਕੀਮ ਦਿੱਤੀ ਹੈ ਉਹਨਾਂ ਨੇ, ਅਟਲ ਪੈਨਸ਼ਨ ਯੋਜਨਾ। ਉਹਦੇ 'ਚ ਗੌਰਮੈਂਟ ਜਿੰਨਾ ਤੁਸੀਂ ਕੰਟਰੀਬਿਊਟ ਕਰਦੇ ਹੋ, ਉਨੇ ਇਕੁਇਲੈਂਟ ਗੌਰਮੈਂਟ ਕੰਟਰੀਬਿਊਟ ਕਰਦੀ ਹੈ। ਬੜੀ ਅੱਛੀ ਸਕੀਮਾਂ ਵੈ, ਥੋੜ੍ਹੀ ਜਿਹੀ ਸੈਂਟਰ ਦੀ ਵੀ ਕਮੀ ਹੈ, ਥੋੜ੍ਹੀ ਜਿਹੀ ਸਟੇਟ ਦੀ ਵੀ ਕਮੀ ਹੈ, ਆਪਸ 'ਚ ਤਾਲਮੇਲ ਨਹੀਂ ਹੈਗਾ ਜੀ, ਆਮ ਜਨਤਾ ਨੂੰ ਉਹਦਾ ਫਾਇਦਾ ਨਹੀਂ ਮਿਲ ਸਕਿਆ। ਠੀਕ ਹੈ ਜੀ, ਅਤੇ ਇੱਧਰ ਕੁਝ ਹੋਰ ਨੌਜਵਾਨ ਵੀ ਖੜ੍ਹੇ ਨੇ, ਇਸੇ ਨਾਲ ਗੱਲਬਾਤ ਕਰ ਲੈਂਦੇ ਹਾਂ। ਕੀ ਨਾਮ ਬਾਈ ਜੀ ਤੁਹਾਡਾ? ਬਾਈ, ਮੇਰਾ ਨਾਮ ਪਰਮਾਨ ਹੈ। ਸੋ ਪਰਮਾਨ ਜੀ, ਕੀ ਸੋਚਦੇ ਹੋ 17 ਤੋਂ 22, ਕਿਉਂਕਿ ਨੌਜਵਾਨ ਜਿਹੜਾ ਹੁੰਦਾ ਨਾ ਉਹ ਬੜੀ ਤਾਕਤ ਰੱਖਦਾ ਆਪਣੇ ਵਿੱਚ, ਕੀ ਸੋਚਦੇ ਹੋ 17 ਤੋਂ ਲੈ ਕੇ 22 ਤੱਕ ਕਿਹੋ ਜਿਹਾ ਕਾਰਜਕਾਲ ਰਿਹਾ ਉਰੇ? ਬਾਈ ਜੀ, ਕਾਰਜਕਾਲ ਬਹੁਤ ਹੀ ਨਿਕੰਮਾ ਰਿਹਾ ਇਹਨਾਂ ਦਾ। ਮੈਂ ਇਹਨਾਂ ਦੀ 1 ਸਾਲ ਵੇਟ ਕੀਤੀ ਕਿ ਮੈਨੂੰ ਕੋਈ ਰੋਜ਼ਗਾਰ ਦੇਵੇਗੇ ਜੀ। ਇਹਨਾਂ ਨੇ ਰੋਜ਼ਗਾਰ ਦਾ ਵਾਅਦਾ ਕੀਤਾ ਸੀ, ਘਰ ਘਰ ਨੌਕਰੀ ਦੇਣ ਦਾ, ਜੇ ਨਹੀਂ ਨੌਕਰੀ ਦਿੰਦੇ ਭੱਤਾ ਦੇਣ ਦਾ ਵਾਅਦਾ ਕੀਤਾ ਸੀ, ਨਾ ਇਹਨਾਂ ਨੇ ਰੋਜ਼ਗਾਰ ਦਿੱਤੀ, ਨਾ ਇਹਨਾਂ ਨੇ ਕੋਈ ਭੱਤਾ ਦਿੱਤਾ। ਮੈਂ ਇਹਨਾਂ ਤੋਂ ਥੱਕ ਹਾਰ ਕੇ ਮੈਂ ਆਪਣਾ ਇੱਥੇ ਆੜਤ ਦਾ ਕੰਮ ਸ਼ੁਰੂ ਕੀਤਾ, ਗੁਰਦਾਸਪੁਰ ਦੀ ਮੇਨ ਮੱਡੀ ਪਰਮ ਨਾਂ ਦੇ। ਠੀਕ ਹੈ, ਇਹਨਾਂ ਨੇ ਮੇਰੇ ਨਾਲ ਇੰਨਾ ਤਸ਼ੱਦਦ ਢਾਇਆ, ਲੋਕਲ MLA ਨੇ ਮੇਰੇ 'ਤੇ, ਜਦੋਂ ਮੈਂ ਆਪਣਾ ਆੜਤ ਦਾ ਕੰਮ ਸ਼ੁਰੂ ਕੀਤਾ, ਇਹਨਾਂ ਨੇ ਮੇਰੇ 'ਤੇ ਜੁਰਮਾਨੇ ਪਾਉਣੇ ਸ਼ੁਰੂ ਕਰਤੇ, ਮੇਰੀ ਆੜਤ ਦਾ ਲਾਇਸੈਂਸ ਕਰਨ ਲੱਗੇ। ਕਿਉਂ, ਤੁਸੀਂ ਇਕੱਲੇ ਹੀ ਹੋ ਕਿ ਹੋਰ ਵੀ ਨੇ? ਕਿਉਂਕਿ ਮੈਂ ਅਕਾਲੀ ਦਲ ਨਾਲ ਸਮਰਥ ਕਰਦਾ ਹੀ, ਯੋਗਦਾਨ ਦਿੰਦਾ ਸੀ। ਠੀਕ, ਇਹਨਾਂ ਨੇ ਮੇਰੇ 'ਤੇ ਹੀ ਇਹਨਾਂ ਨੇ ਜ਼ੋਰ ਪਾਇਆ ਕਿ ਤੂੰ ਮੇਰੇ ਨਾਲ ਲੱਗ, ਨਹੀਂ ਤਾਂ ਮੈਂ ਤੇਰਾ ਲਾਇਸੈਂਸ ਕੈਂਸਲ ਕਰ ਦੇਣਾ। ਅੱਛਾ, ਫਿਰ ਤੁਸੀਂ ਕੀ ਚਾਹੁੰਦੇ ਹੋ 2022 ਦੇ ਵਿੱਚ? ਫਿਕਰੀ ਸਰਕਾਰ ਦੇ ਵਿੱਚ ਮੈਂ ਚਾਹੁੰਦਾ ਵਾਂ ਕਿ ਅਕਾਲੀ ਦਲ ਦੀ ਸਰਕਾਰ ਬਣੇ, ਬੱਬੇ ਹਾਲੀ ਸਾਹਿਬ ਦੀ ਸਰਕਾਰ ਬਣੇ,
योगदान किया है, ठीक है जी, किसी ने भी डिस्टर्ब नहीं किया। मैं चाहना वा कि इस गुंडे की सरकार हटा के ते एक लोग इंसाफ जिहड़ा वा बब्बे वाली साहब उन्हां नूं सरकार बनाओ, ठीक है, जिहड़े लोकी उन्हां नूं वोटां पा के सरकार बना के उन्हां नूं जिताउण, ठीक है जी। सो इन्हां दा कहना कि जिहड़े लोग बहुत सारे लोग असीं गलबात कर रहे हैं गुरदासपुर दे विच खड़े हैं, गुरदासपुर हल्के दे विच असीं मौजूद हाँ, बहुत सारे लोगों ने गलबात करन की कोशिश की है, हालांकि रात का समा हो चुका होया, जिन्ने लोग मिल रहे असीं उन्होंने गलबात करन की कोशिश कर रहे हैं। सो इन्हां दा इह गल कहना कि जिन्हां ने काम किया सिर्फ उन्हां नूं ही जिहड़ा है मौका मिलना चाहिए, फिर भावें वह कांग्रेस हो अकाली दल होर कोई भी पार्टी हो मौका मिलना चाहिए। हुण देखना यह होगा कि 2022 दी चोणां जदों 20 फरवरी नूं होणगियां किहड़ा उम्मीदवार अजिहा होगा जिन्हों इत्थे दे लोग चुनणगे, इत्थे दी कुर्सी ते बिठाउणगे, विधायक बनाउणगे, अपनी मुसीबतां दसणगे ते उहनां दे हल लैणगे। इहदा रिजल्ट जिहड़ा इसदा नतीजा जिहड़ा 10 मार्च नूं सानूं पता लगेगा जदों पूरियां चोणां दा रिजल्ट आ जाएगा, पर देखण योग होएगा क्योंकि जिहड़ा मुकाबला उह टक्कर दा कुछ लोग जिहड़े मौजूदा एम एल ए दा साथ दे रहे ने, कुछ आने वाले जिहड़े इत्थे टिकट जिन्हां नूं मिली है उहनां दा साथ दे रहे ने। देखना यह होएगा कि किहदा पलड़ा भारी हुंदा, कौन जितदा, कौन सामने आंदा, कौन मोहरी बनदा ते कौन इहनां दा हल जिहड़ा है इहनां दी मुसीबत दा हल कढ़दा। कैमरा परसन प्रवीण दे नाल साजन लस्का न्यूज़ पंजाब गुरदासपुर।